are watching Channel Y. Channel Y, a South Asian Canadian channel. SGPC ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇੱਕ ਵਾਰ ਫਿਰ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਲੱਗਣ ਵਾਲੀ ਸਟੇਜ ਇੱਕੋ ਹੀ ਹੋਵੇ। ਉਹਨਾਂ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਇੱਕ ਉਹਨਾਂ ਦੀ ਉਮਰ ਵਿੱਚ 550ਵੇਂ ਪ੍ਰਕਾਸ਼ ਪਰਵ ਆਇਆ ਹੈ, ਇਸ ਲਈ ਉਸ ਨੂੰ ਅਸੀਂ ਰਲ ਮਿਲ ਕੇ ਮਨਾਈਏ। ਇਸ ਦੇ ਲਈ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਅਪੀਲ ਵੀ ਕਰ ਚੁੱਕੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਸਾਰੀਆਂ ਹੀ ਸਿੱਖ ਸੰਗਤਾਂ ਬੜੇ ਪਿਆਰ ਨਾਲ, ਸਤਿਕਾਰ ਨਾਲ, ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਗਏ ਨੇ ਪਿਛਲੇ ਨਵੰਬਰ ਤੋਂ ਲੈ ਕੇ ਲਗਾਤਾਰ ਪਿਛਲੇ ਆ ਸਾਰੇ ਸਾਲ ਜਿਹੜਾ ਹੈ ਉਹ ਪ੍ਰੋਗਰਾਮ ਚੱਲ ਰਹੇ ਨੇ। ਗੁਰਮਤਿ ਸਮਾਗਮ ਹੋ ਰਹੇ ਨੇ, ਕੀਰਤਨ ਦਰਬਾਰ ਹੋ ਰਹੇ ਨੇ, ਔਰ ਕੌਮਾਂਤਰੀ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ 1 ਅਗਸਤ ਉੱਥੋਂ ਆਰੰਭ ਹੋ ਕੇ ਉਹ ਵੱਖ ਵੱਖ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸਟੇਟਾਂ ਵਿੱਚ ਜਾ ਰਿਹਾ ਹੈ, ਔਰ ਜਿਹਦੀ ਸੰਪੰਨ ਜਿਹੜਾ ਹੈ ਉਹ 5 ਨਵੰਬਰ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਵਿਖੇ ਜਿਹੜਾ ਉਹ ਹੋਣਾ। ਸੋ ਇਸੇ ਤਰ੍ਹਾਂ ਲਗਾਤਾਰ ਸਾਡੇ ਪ੍ਰੋਗਰਾਮ ਜਿਹੜੇ ਨੇ, ਸੁਲਤਾਨਪੁਰ ਲੋਧੀ ਉਹ ਪਾਵਨ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 14 ਸਾਲ ਤੋਂ ਵੱਧ ਸਮਾਂ ਜਿਹੜਾ ਹੈ ਉੱਥੇ ਆਪਣੇ ਜੀਵਨ ਦਾ ਉਹਨਾਂ ਨੇ ਗੁਜ਼ਾਰਿਆ। ਇਸ ਕਰਕੇ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਔਰ 4 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਨੇ। 2 ਮੀਟਿੰਗਾਂ 'ਚ ਪੰਜਾਬ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ, ਲੇਕਿਨ 2 ਮੀਟਿੰਗਾਂ ਦੇ ਪਿਛਲੀਆਂ 'ਚ ਉਹ ਆਏ ਸੀ। ਇੱਕ ਵਾਰੀ ਰੰਧਾਵਾ ਸਾਹਿਬ ਜਿਹੜੇ ਉਹਨਾਂ ਕੈਬਨਿਟ ਮੰਤਰੀ ਉਹ ਆਏ ਸੀ, ਔਰ ਜਿਹੜੀ ਪਿਛਲੀ ਮੀਟਿੰਗ ਜਿਹੜੀ ਹੋਈ ਹੈ 4 ਤਰੀਕ ਨੂੰ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਕੈਬਨਿਟ ਮੰਤਰੀ ਉਹ ਵੀ ਆਏ ਸਨ। ਅਸੀਂ ਵੀ ਇਹੀ ਬੇਨਤੀ ਕੀਤੀ ਸੀ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਧਾਰਮਿਕ ਨੁਮਾਇੰਦਾ ਜਮਾਤ ਹੈ, ਸਾਡਾ ਆਪਣਾ ਫਰਜ਼ ਬਣਦਾ ਹੈ, ਸਾਡੀ ਆਪਣੀ ਡਿਊਟੀ ਹੈ। ਹਮੇਸ਼ਾ ਹੁਣ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਨੇ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਮਨਾਈਆਂ ਗਈਆਂ ਨੇ, ਔਰ ਜਿਹੜੀ ਸਟੇਜ ਦਾ ਪ੍ਰਬੰਧ ਅਤੇ ਹੋਰ ਸਾਰੇ ਪ੍ਰਬੰਧ ਧਾਰਮਿਕ ਪ੍ਰਬੰਧ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਰਦੀ ਆ ਰਹੀ ਹੈ। ਪਿਛਲੇ ਸ਼ਤਾਬਦੀਆਂ ਦਾ ਇਤਿਹਾਸ ਦੇਖ ਲਓ ਤੁਸੀਂ, ਜੋ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਉਹਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਟਰਮ ਦੇ ਵਿੱਚ 2 ਸ਼ਤਾਬਦੀਆਂ ਇਹਨਾਂ ਦੇ ਸਮੇਂ ਦੌਰਾਨ ਵੀ ਆਈਆਂ ਸੀਆਂ, ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਆਏ ਸਨ। ਡਾਕਟਰ ਮਨਮੋਹਨ ਸਿੰਘ ਜੀ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਆਏ ਸਨ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।